ਪੰਜਾਬ ਗ੍ਰੈਂਡ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪੀਪੀਐਸ ਸੋਤਾ ਵੱਲੋਂ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਟੀਵੀ ਚੈਨਲ ਰਾਹੀਂ ਆਪ ਜੀ ਨੂੰ ਵੱਖ ਵੱਖ ਵਿਸ਼ਿਆਂ ਨਾਲ ਰੂਬਰੂ ਕਰਾਉਂਦੇ ਰਹਿੰਦੇ ਹਾਂ। ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਵਿਸ਼ਾ ਮਨੁੱਖੀ ਸਿਹਤ ਨਾਲ ਜੁੜਿਆ ਅਤੇ ਮਨੁੱਖੀ ਸਿਹਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਜਦੋਂ ਵਿਗਾੜ ਆਉਂਦੀ ਗੱਲ ਤਾਂ ਫਿਰ ਗੱਲ ਚੱਲਦੀ ਹੈ ਇਲਾਜ ਦੀ। ਇਲਾਜ ਦੇ ਵਿੱਚ ਜਿਵੇਂ ਅੱਜ ਕੱਲ੍ਹ ਬਹੁਤ ਸਾਰੀਆਂ ਪੈਥੀਆਂ ਕੰਮ ਕਰ ਰਹੀਆਂ, ਜਿਵੇਂ ਆਪ ਸਭ ਜਾਣਦੇ ਹੋ ਕਿ ਜਿਵੇਂ ਐਲੋਪੈਥੀ ਹੈ, ਹੋਮੋਪੈਥੀ ਆ, ਯੂਨਾਨੀ ਆ, ਆਯੁਰਵੈਦਿਕ ਆ। ਤੋ ਇਸ ਵਿੱਚ ਅਸੀਂ ਅੱਜ ਗੱਲ ਕਰਾਂਗੇ ਕਿ ਹੋਮੋਪੈਥੀ ਕੀ ਹੈ ਅਤੇ ਇਸਦਾ ਕਿਵੇਂ ਕਿਹੜੀਆਂ ਕਿਹੜੀਆਂ ਬਿਮਾਰੀਆਂ 'ਚ ਇਲਾਜ ਹੁੰਦਾ। ਤੋ ਸਾਡੇ ਸਟੂਡੀਓ ਦੇ ਵਿੱਚ ਅੱਜ ਆਏ ਨੇ ਡਾਕਟਰ ਨਗਿੰਦਰ ਬਾਂਸਲ ਜੀ, ਜਿਨ੍ਹਾਂ ਦਾ ਕਿ ਪਿਛਲੇ ਲਗਭਗ 25 ਸਾਲ ਤੋਂ ਹੋਮੋਪੈਥੀ ਦੇ ਵਿੱਚ ਤਜਰਬਾ ਹੈ। ਤੋ ਡਾਕਟਰ ਸਾਹਿਬ, ਤੁਹਾਡਾ ਸਟੂਡੀਓ ਵਿੱਚ ਆਉਣ 'ਤੇ ਨਿੱਘਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਹੋਤਾ ਸਾਹਿਬ, ਔਰ ਮੇਰੇ ਵੱਲੋਂ ਵੀ ਪੰਜਾਬ ਗ੍ਰੈਂਡ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰੀਏ ਕਿ ਮਨੁੱਖੀ ਸਿਹਤ ਦੀ ਅਤੇ ਉਹਨਾਂ ਦੀਆਂ ਬਿਮਾਰੀਆਂ ਦੀ ਜਦੋਂ ਗੱਲ ਆਉਂਦੀ ਜੀ, ਅਤੇ ਹੋਮੋਪੈਥੀ ਦੇ ਜਿਵੇਂ ਤੁਸੀਂ ਮਾਹਰ ਹੋ, ਅਤੇ ਹੋਮੋਪੈਥੀ ਕਿਵੇਂ ਹੋਂਦ ਵਿੱਚ ਆਈ, ਕਿਵੇਂ ਇਸਦਾ ਇਲਾਜ ਕੀਤਾ ਜਾਂਦਾ ਵਾ, ਕਦੋਂ ਸ਼ੁਰੂਆਤ ਹੋਈ ਜੀ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਵਿਸਤਾਰ ਨਾਲ ਜੀ। ਸੋਤਾ ਸਾਹਿਬ, ਵੈਸੇ ਤੁਸੀਂ ਕਾਫੀ ਵਿਸਤਾਰ 'ਚ ਦੱਸ ਦਿੱਤਾ ਹੈ ਕਿ ਜਦੋਂ ਵੀ ਮਨੁੱਖੀ ਸਿਹਤ ਦੇ ਵਿੱਚ ਵਿਗਾੜ ਆਉਂਦਾ ਹੈ ਤਾਂ ਆਪਾਂ ਇਲਾਜ ਵਾਲੇ ਪਾਸੇ ਭੱਜਦੇ ਹਾਂ ਜੀ। ਇਲਾਜ ਦੀਆਂ ਅੱਗੋਂ ਕਈ ਪ੍ਰਣਾਲੀਆਂ ਨੇ, ਉਹਨਾਂ ਦੇ ਵਿੱਚ ਐਲੋਪੈਥੀ ਹੈ, ਆਯੁਰਵੈਦਾ ਹੈ, ਯੂਨਾਨੀ ਹੈ, ਨੈਚੁਰੋਪੈਥੀ ਹੈ, ਸਿੱਧਾ ਹੈ, ਤਾਂ ਇਹਨਾਂ ਦੇ ਵਿੱਚ ਹੋਮਿਓਪੈਥੀ ਵੀ ਹੈ। ਹੋਮਿਓਪੈਥੀ ਪਿਛਲੇ ਲਗਭਗ 2 ਸਦੀਆਂ ਤੋਂ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਹੈ, ਪੂਰੇ ਵਿਸ਼ਵ ਦੇ ਵਿੱਚ ਇਸ ਨੂੰ ਕਾਫੀ ਮਾਨਤਾ ਜਿਹੜੀ ਹੈ ਉਹ ਮਿਲੀ ਹੈ, ਕਿਉਂਕਿ ਸੁਰੱਖਿਅਤ ਪ੍ਰਣਾਲੀ ਹੈ। ਤੁਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ। ਡਾਕਟਰ ਹੈਨੀਮਨ, ਡਾਕਟਰ ਸੈਮੁਅਲ ਹੈਨੀਮਨ ਜਰਮਨ ਦੇ ਐਲੋਪੈਥਿਕ ਫਿਜ਼ੀਸ਼ੀਅਨ ਸੀ। ਐਲੋਪੈਥੀ ਦੀ ਪ੍ਰੈਕਟਿਸ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਥਾਂ ਦੇ ਉੱਤੇ ਪਾਇਆ ਕਿ ਐਲੋਪੈਥੀ ਜਿਹੜੀ ਹੈ ਉਹ ਆਮ ਕਰਕੇ ਰੋਗ ਜਿਹੜਾ ਹੈ ਉਸਨੂੰ ਦਬਾਉਂਦੀ ਹੈ, ਉਸਦਾ ਇਲਾਜ ਨਹੀਂ ਕਰਦੀ ਜੀ। ਇਹ ਗੱਲ ਜਿਹੜੀ ਸੀ ਉਹਨਾਂ ਨੂੰ ਵਾਰ ਵਾਰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ, ਔਰ ਉਹਨਾਂ ਨੇ ਇਹ ਵੀ ਦੇਖਿਆ ਸੀਗਾ ਕਿ ਐਲੋਪੈਥੀ ਪ੍ਰਣਾਲੀ ਦੇ ਵਿੱਚ ਅਸੀਂ ਕਦੀ ਵੀ ਕਿਸੇ ਰੋਗ ਦਾ ਜਿਹੜਾ ਸਥਾਈ ਇਲਾਜ ਜਿਸ ਢੰਗ ਦੇ ਨਾਲ ਹੋਣਾ ਚਾਹੀਦਾ ਹੈ ਉਹ ਨਹੀਂ ਕਰ ਲੈਂਦੇ। ਆਪਣੀ ਪ੍ਰੈਕਟਿਸ ਦੇ ਦੌਰਾਨ ਹੀ ਇਸ ਚੀਜ਼ ਤੋਂ ਪਰੇਸ਼ਾਨ ਡਾਕਟਰ ਹੈਨੀਮਨ ਜਿਹੜੇ ਸੀ ਉਹਨਾਂ ਨੇ ਇਲਾਜ ਕਰਨਾ ਛੱਡ ਕੇ ਜਿਹੜੀਆਂ ਮੈਡੀਸਨ ਦੀਆਂ ਕਿਤਾਬਾਂ ਸਨ ਉਹਨਾਂ ਦਾ ਉਲੱਥਾ ਕਰਨਾ ਸ਼ੁਰੂ ਕਰ ਦਿੱਤਾ ਹੋਰਨਾਂ ਭਾਸ਼ਾਵਾਂ ਦੇ ਵਿੱਚ ਜੀ। ਜਰਮਨ ਦੇ ਵਿੱਚ ਸੀ ਉਹ ਤਾਂ ਹੋਰਨਾਂ ਭਾਸ਼ਾਵਾਂ ਤੋਂ ਜਰਮਨ ਦੇ ਵਿੱਚ ਅਤੇ ਜਰਮਨ ਦੀਆਂ ਜਿਹੜੀਆਂ ਕਿਤਾਬਾਂ ਸੀ ਉਹਨਾਂ ਨੂੰ ਹੋਰਨਾਂ ਭਾਸ਼ਾਵਾਂ ਦੇ ਵਿੱਚ ਉਲੱਥਾ ਕਰਨਾ ਸ਼ੁਰੂ ਕੀਤਾ ਜਦੋਂ, ਤਾਂ ਇੱਕ ਵਾਰ ਉਹਨਾਂ ਦਾ ਧਿਆਨ ਗਿਆ ਇੱਕ ਕੁਨੀਨ ਦਾ ਜਿਹੜਾ ਬੂਟਾ ਹੁੰਦਾ ਹੈ ਜਿਸ ਤੋਂ ਕੁਨੀਨ ਤਿਆਰ ਹੁੰਦੀ ਹੈ ਜਿਸ ਨੂੰ ਮਲੇਰੀਆ ਦੇ ਵਾਸਤੇ ਵਰਤਿਆ ਜਾਂਦਾ ਹੈ ਜੀ, ਉਹਦੇ ਉੱਤੇ ਜਦੋਂ ਉਹਨਾਂ ਦਾ ਧਿਆਨ ਗਿਆ ਤਾਂ ਉਸਦੇ ਵਿੱਚ ਇੱਕ ਗੱਲ ਲਿਖੀ ਹੋਈ ਸੀ ਕਿ ਕੁਨੈਣ ਜਿਹੜੀ ਹੈ ਉਹ ਮਲੇਰੀਆ ਦਾ ਇਲਾਜ ਇਸ ਕਰਕੇ ਕਰਦੀ ਹੈ ਕਿਉਂਕਿ ਇਹ ਕੌੜੀ ਹੁੰਦੀ ਹੈ ਜੀ। ਇਹ ਗੱਲ ਜਿਹੜੀ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਸਟ੍ਰਾਈਕ ਕਰ ਗਈ ਦਿਮਾਗ ਦੇ ਵਿੱਚ ਕਿ ਇਹ ਜਿਹੜਾ ਕਾਰਨ ਨਹੀਂ ਹੋ ਸਕਦਾ, ਕਿਉਂਕਿ ਕੁਨੈਣ ਤੋਂ ਵੀ ਜ਼ਿਆਦਾ ਕਈ ਹੋਰ ਚੀਜ਼ਾਂ ਨੇ ਕੌੜੀਆਂ ਜਿਹੜੀਆਂ ਕੌੜੀਆਂ ਨੇ, ਅਤੇ ਉਹ ਕਿਉਂ ਨਹੀਂ ਫਿਰ ਇਹਦਾ ਇਲਾਜ ਕਰ ਸਕਦੀਆਂ। ਇਸ ਗੱਲ ਨੇ ਉਹਨਾਂ ਨੂੰ ਬਹੁਤ ਬੇਚੈਨ ਕੀਤਾ, ਔਰ ਇਸੇ ਬੇਚੈਨੀ ਦੇ ਵਿੱਚੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਹੋਮਿਓਪੈਥੀ ਦਾ ਜਨਮ ਹੋਇਆ। ਉਹ ਜਨਮ ਕਿਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਇਹੀ ਸੋਚਦਿਆਂ ਸੋਚਦਿਆਂ ਇੱਕ ਦਿਨ ਕੁਨੈਣ ਜਿਹੜੀ ਸੀ ਉਹਦੀ ਥੋੜ੍ਹੀ ਜਿਹੀ ਮਾਤਰਾ ਖੁਦ ਖਾ ਲਈ ਜੀ, ਔਰ ਉਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਵਿੱਚ ਮਲੇਰੀਆ ਵਰਗੇ ਲੱਛਣ ਜਿਹੜੇ ਸੀ ਉਹ ਉਤਪੰਨ ਹੋਣੇ ਸ਼ੁਰੂ ਹੋ ਗਏ ਜੀ। ਉਹ ਜਦੋਂ ਮਲੇਰੀਆ ਵਰਗੇ ਲੱਛਣ ਉਤਪੰਨ ਹੋਣੇ ਸ਼ੁਰੂ ਹੋਏ ਤਾਂ ਇਸ ਚੀਜ਼ ਨੇ ਉਹਨਾਂ ਨੂੰ ਹੋਰ ਇੱਕ ਨਵੀਂ ਜਿਹੜੀ ਖੋਜ ਵਾਲੇ ਪਾਸੇ ਪ੍ਰੇਰਿਤ ਕੀਤਾ, ਸੋਚਣ ਲੱਗ ਗਏ ਕਿ ਅਜਿਹਾ ਕਿਉਂ ਹੋਇਆ। ਤਾਂ ਉਹਨਾਂ ਦਾ ਜਿਹੜਾ ਸੀ ਨਿਸ਼ਕਰਸ਼ ਇਹ ਨਿਕਲਿਆ, ਉਹਨਾਂ ਨੇ ਨਤੀਜਾ ਇਹ ਕੱਢਿਆ ਕਿ ਜਿਹੜੀ ਕੁਨੈਣ ਹੈ ਉਹ ਮਲੇਰੀਆ ਨੂੰ ਇਸ ਕਰਕੇ ਨਹੀਂ ਠੀਕ ਕਰਦੀ ਕਿ ਕੌੜੀ ਹੈ, ਬਲਕਿ ਇਸ ਕਰਕੇ ਠੀਕ ਕਰਦੀ ਹੈ ਕਿਉਂਕਿ ਇਹਦੇ ਵਿੱਚ ਵੀ ਮਲੇਰੀਆ ਵਰਗੇ ਲੱਛਣ ਪੈਦਾ ਕਰਨ ਦੀ ਸਮਰੱਥਾ ਹੈ ਜੀ। ਇਹ ਜਿਹੜਾ ਸੀ ਇੱਕ ਉਹਨਾਂ ਦੀ ਆਬਜ਼ਰਵੇਸ਼ਨ ਜੋ ਉਹਨਾਂ ਨੇ ਉਹਦੇ ਵਿੱਚ ਦੇਖਿਆ, ਉਹਦੇ ਤੋਂ ਉਹਨਾਂ ਨੇ ਇੱਕ ਸਿਧਾਂਤ ਬਣਾਇਆ ਕਿ ਇਹਦਾ ਮਤਲਬ ਇਹ ਹੈ ਕਿ ਵੀ ਜਿਵੇਂ ਲੋਹਾ ਲੋਹੇ ਨੂੰ ਕੱਟਦਾ ਹੈ ਕਿਹਾ ਜਾਂਦਾ ਹੈ, ਜ਼ਹਿਰ ਜ਼ਹਿਰ ਨੂੰ ਮਾਰਦੀ ਹੈ, ਉਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਸੇਮ ਚੀਜ਼ ਨੂੰ ਖਤਮ ਕਰ ਸਕਦੀ ਹੈ ਜੀ। ਹੋਮਿਓਪੈਥੀ ਦਾ ਸਿਧਾਂਤ ਜਿਹੜਾ ਹੈ ਉਹ ਹੈ ਸਮਿਲੀਆ ਸਮਿਲੀਬਸ ਕਿਉਰੇਂਟਰ ਜੀ, ਇਸਦਾ ਮਤਲਬ ਹੈ ਲਾਈਕ ਕਿਉਰਸ ਲਾਈਕ ਜੀ, ਮਤਲਬ ਸੇਮ ਟ੍ਰੀਟਸ ਸੇਮ ਜੀ। ਤੇ ਹੋਮਿਓਪੈਥੀ ਵੀ ਇਸੇ ਸਿਧਾਂਤ ਤੇ ਕੰਮ ਕਰਦੀ ਹੈ ਕਿ ਵੀ ਇੱਕ ਕੋਈ ਵੀ ਜਿਹੜਾ ਪਦਾਰਥ ਹੈ ਅਗਰ ਉਹ ਸਿਹਤਮੰਦ ਵਿਅਕਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਲੱਛਣ ਪੈਦਾ ਕਰਦਾ ਹੈ
ਉਸੇ ਤਰ੍ਹਾਂ ਦੇ ਲੱਛਣ ਅਗਰ ਉਸ ਵਿਅਕਤੀ ਦੇ ਵਿੱਚ ਕਿਸੇ ਬਿਮਾਰੀ ਨੇ ਪੈਦਾ ਕੀਤੇ ਨੇ ਤਾਂ ਉਸ ਪਦਾਰਥ ਨੂੰ ਅਗਰ ਅਸੀਂ ਉਸ ਵਿਅਕਤੀ ਨੂੰ ਦੇਵਾਂਗੇ ਤਾਂ ਉਹ ਠੀਕ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਰੱਖਦਾ ਹੈ। ਇਸ ਤਰ੍ਹਾਂ ਡਾਕਟਰ ਸੈਮੂਅਲ ਹਨੀਮਨ ਦੇ ਵੱਲੋਂ ਜਿਹੜਾ ਸੀਗਾ ਇਹ ਹੋਮਿਓਪੈਥੀ ਦੀ ਜਿਹੜੀ ਹੈ ਖੋਜ ਹੋਈ, ਸ਼ੁਰੂਆਤ ਹੋਈ, ਔਰ ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਹੋਰ ਕਈ ਪਦਾਰਥ ਲੈ ਕੇ ਉਹਨਾਂ ਦੀ ਸਿਹਤਮੰਦ ਵਿਅਕਤੀਆਂ ਦੇ ਉੱਤੇ ਪ੍ਰੂਵਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਦੇ ਤੋਂ ਉਹਨਾਂ ਦੇ ਜਿਹੜੇ ਲੱਛਣ ਸੀਗੇ ਉਹਨਾਂ ਨੂੰ ਨੋਟ ਕਰਨਾ ਸ਼ੁਰੂ ਕੀਤਾ ਔਰ ਉਹੋ ਜਿਹੇ ਲੱਛਣਾਂ ਵਾਲੇ ਅੱਗੇ ਤੋਂ ਜਦੋਂ ਕੋਈ ਮਰੀਜ਼ ਉਹਨਾਂ ਦੇ ਕੋਲ ਆਉਂਦੇ ਸੀ ਤਾਂ ਉਹਦੇ ਵਿੱਚ ਜਦੋਂ ਉਹ ਖਾਸ ਲੱਛਣਾਂ ਵਾਲੀ ਮੈਚ ਕਰਨ ਵਾਲੀ ਦਵਾਈ ਜਿਹੜੀ ਸੀ ਜਾਂ ਪਦਾਰਥ ਜਿਹੜਾ ਦਿੱਤਾ ਜਾਂਦਾ ਸੀਗਾ ਉਹਦੇ ਨਾਲ ਉਹ ਠੀਕ ਹੋ ਜਾਂਦੇ ਸੀਗੇ। ਤਾਂ ਉਹਨਾਂ ਦਾ ਸਿਧਾਂਤ ਜਿਹੜਾ ਬਣਾਇਆ ਸੀਗਾ ਸਮੀਲੀਆ ਸਮੀਲੀਬਸ ਕੁਇਰੈਂਟਰ ਉਹ ਹੌਲੀ ਹੌਲੀ ਪ੍ਰੈਕਟਿਸ ਦੇ ਦੌਰਾਨ ਪੱਕਾ ਹੁੰਦਾ ਗਿਆ ਤੇ ਹੋਮਿਓਪੈਥੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਪ੍ਰਫੁੱਲਤ ਸਾਇੰਸ ਜਾਂ ਕੰਪਲੀਟ ਸਾਇੰਸ ਵਜੋਂ ਅੱਜ ਦੇ ਸਮੇਂ 'ਚ ਬਹੁਤ ਹੀ ਪ੍ਰਫੁੱਲਤ ਹੋ ਗਈ। ਬਿਲਕੁਲ ਇੱਕ ਹੋਰ ਡਾਕਟਰ ਸਾਹਿਬ ਧਾਰਨਾ ਆਮ ਲੋਕਾਂ ਦੀ ਆ ਵੀ ਇਹਦਾ ਜਿਹੜਾ ਇਲਾਜ ਆ ਬਹੁਤ ਹੌਲੀ ਹੌਲੀ ਚੱਲਦਾ ਜਿਵੇਂ ਦੂਸਰੀਆਂ ਪੈਥੀਆਂ 'ਚ ਆ ਜਾਣੇ ਖਾਸ ਕਰਕੇ ਕਹਿ ਲਓ ਐਲੋਪੈਥੀ ਵਿੱਚ ਆ ਜੀ ਵੀ ਉਹ ਜਿਵੇਂ ਮਰੀਜ਼ ਆਇਆ ਟੀਕਾ ਲਾਇਆ ਤੇ ਉਹ ਬਸ ਠੀਕ ਹੈ ਪਰ ਇਹਦੇ ਵਿੱਚ ਇਹ ਇਲਾਜ ਬਹੁਤ ਸਲੋ ਆ ਤੇ ਜਿਹਦਾ ਕਰਕੇ ਲੋਕ ਥੋੜਾ ਜਿਹਾ ਅਸਲ 'ਚ ਇਹ ਵੀ ਇੱਕ ਧਾਰਨਾ ਜੀ ਬਣ ਗਈ ਹੈ ਲੋਕਾਂ ਦੇ ਵਿੱਚ ਕਿ ਸ਼ਾਇਦ ਇਹ ਹੌਲੀ ਅਸਰ ਕਰਦੀ ਹੈ ਜੀ। ਅਸਲ 'ਚ ਨਿਰਭਰ ਕਰਦਾ ਹੈ ਕਿ ਕਿਸ ਰੋਗ ਦੇ ਵਾਸਤੇ ਅਸੀਂ ਹੋਮਿਓਪੈਥੀ ਦੀ ਦਵਾਈ ਲੈ ਰਹੇ ਹਾਂ। ਆਮ ਕਰਕੇ ਇਹ ਹੁੰਦਾ ਰਿਹਾ ਸੀ ਪਹਿਲਾਂ ਕਿ ਜਦੋਂ ਕਿਸੇ ਵੀ ਪੈਥੀ ਦੇ ਵਿੱਚੋਂ ਕੋਈ ਮਰੀਜ਼ ਜਿਹੜਾ ਸੀਗਾ ਉਹਦਾ ਇਲਾਜ ਨਹੀਂ ਸੀ ਹੁੰਦਾ, ਨਿਰਾਸ਼ ਹੋ ਕੇ ਉਹ ਅਖੀਰ 'ਤੇ ਹੋਮਿਓਪੈਥੀ ਵਿੱਚ ਆਉਂਦਾ ਹੁੰਦਾ ਸੀ, ਜਾਂ ਤਾਂ ਉਸ ਟਾਈਮ ਤੱਕ ਉਹਦਾ ਰੋਗ ਜਿਹੜਾ ਹੈ ਉਹ ਪੁਰਾਣਾ ਹੋ ਚੁੱਕਿਆ ਹੁੰਦਾ ਸੀ, ਜਾਂ ਫਿਰ ਕੋਈ ਬਿਮਾਰੀ ਐਸੀ ਵਾਸਤੇ ਇਲਾਜ ਦੇ ਲਈ ਆਉਂਦਾ ਸੀ ਜਿਹਦਾ ਇਲਾਜ ਹੀ ਦੂਸਰੀਆਂ ਪ੍ਰਣਾਲੀਆਂ 'ਚ ਨਹੀਂ ਹੁੰਦਾ ਸੀਗਾ ਜੀ। ਉਹਦੇ 'ਚ ਕੁਦਰਤੀ ਹੈ ਕਿ ਵੀ ਕੁਛ ਟਾਈਮ ਜਿਹੜਾ ਹੈ ਉਹ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਲੱਗੇਗਾ, ਪਰ ਅਗਰ ਕੋਈ ਮਰੀਜ਼ ਬੁਖਾਰ ਵਾਲਾ ਹੈ, ਪੇਟ ਦਰਦ ਵਾਲਾ ਹੈ ਜਾਂ ਇੱਕਦਮ ਕਿਸੇ ਨੂੰ ਕੋਈ ਪ੍ਰੋਬਲਮ ਐਕਿਊਟ ਪ੍ਰੋਬਲਮ ਆਈ ਹੈ ਉਹ ਹੋਮਿਓਪੈਥਿਕ ਡਾਕਟਰ ਕੋਲ ਆਉਂਦਾ ਹੈ ਤਾਂ ਹੋਮਿਓਪੈਥੀ ਦੀ ਦਵਾਈ ਸ਼ਾਇਦ ਦੂਸਰੀਆਂ ਦਵਾਈਆਂ ਨਾਲੋਂ ਵੀ ਤੇਜ਼ੀ ਦੇ ਨਾਲ ਅਸਰ ਕਰਦੀ ਹੈ, ਪਰ ਇੱਕ ਸ਼ਰਤ ਹੈ ਕਿ ਉਹ ਦਵਾਈ ਜਿਹੜੀ ਹੈ ਉਹ ਡਾਕਟਰ ਦੇ ਵੱਲੋਂ ਇੰਨੇ ਧਿਆਨ ਦੇ ਨਾਲ ਚੁਣੀ ਜਾਣੀ ਚਾਹੀਦੀ ਹੈ ਕਿ ਉਹ ਪੂਰੀ ਤਰ੍ਹਾਂ ਮਰੀਜ਼ ਦੇ ਲੱਛਣਾਂ ਦੇ ਨਾਲ ਉਹਦੀ ਪਰਸਨੈਲਿਟੀ ਦੇ ਨਾਲ ਮੈਚ ਕਰ ਰਹੀ ਹੋਵੇ, ਦਵਾਈ ਠੀਕ ਹੋਏਗੀ ਤਾਂ ਉਹ ਐਲੋਪੈਥੀ ਨਾਲੋਂ ਵੀ ਤੇਜ਼ੀ ਦੇ ਨਾਲ ਅਸਰ ਕਰ ਸਕਦੀ ਹੈ, ਔਰ ਅਗਰ ਬਿਮਾਰੀ ਨਵੀਂ ਹੈ ਤਾਂ ਉਹਦੇ 'ਚ ਜਲਦੀ ਠੀਕ ਹੋਣ ਦੀ ਸੰਭਾਵਨਾ ਹੁੰਦੀ ਹੈ, ਅਗਰ ਪੁਰਾਣੀ ਹੈ ਤਾਂ ਉਹਦੇ 'ਚ ਕੁਦਰਤੀ ਹੈ ਕਿ ਟਾਈਮ ਲੱਗੇਗਾ ਹੀ ਲੱਗੇਗਾ। ਅੱਛਾ ਦੂਸਰੀ ਹੁਣ ਅਗਲੀ ਗੱਲ ਆ ਜੀ ਵੀ ਜਿਹੜੀਆਂ ਇਹ ਤੁਸੀਂ ਦਵਾਈਆਂ ਦਿੰਦੇ ਆ ਇੱਕ ਹੁੰਦੀਆਂ ਲਿਕੁਅਰ ਫਾਰਮ ਦੇ ਵਿੱਚ ਤੇ ਤਰਲ ਭਾਵ ਤੇ ਇੱਕ ਗੋਲੀਆਂ ਹੁੰਦੀਆਂ ਜਿਹਨੂੰ ਆਮ ਆਪਾਂ ਕਹਿ ਦਿੰਦੇ ਜੀ ਮਿੱਠੀਆਂ ਗੋਲੀਆਂ ਨੇ ਜੀ, ਕੀ ਦੋਵੇਂ ਤਰ੍ਹਾਂ ਦੀਆਂ ਦਵਾਈਆਂ ਜਾਂ ਉਹ ਗੋਲੀਆਂ ਦੇ ਰੂਪ ਵਿੱਚ ਆ ਜਾਂ ਉਹ ਤਰਲ ਦੇ ਵਿੱਚ ਲਿਕੁਅਰ ਦੇ ਰੂਪ ਵਿੱਚ ਆ ਇਹਨਾਂ ਦਾ ਅਸਰ ਜਿਹੜਾ ਵਾ ਉਹ ਇੱਕੋ ਜਿਹਾ ਹੀ ਹੁੰਦਾ ਕਿ ਫਰਕ ਆ? ਜਿਹੜੀ ਹੋਮਿਓਪੈਥੀ ਹੈ ਇਹਦਾ ਜਿਹੜਾ ਨਾ ਬੋਡੀ ਦੇ ਵਿੱਚ ਅਸਰ ਹੁੰਦਾ ਆ, ਪਹਿਲਾਂ ਅਸੀਂ ਉਸਨੂੰ ਜਾਣੀਏ ਤਾਂ ਫਿਰ ਪਤਾ ਲੱਗ ਜਾਏਗਾ ਕਿ ਕਿਸ ਢੰਗ ਦੇ ਨਾਲ ਗੋਲੀਆਂ ਬਿਹਤਰ ਰਹਿੰਦੀਆਂ ਨੇ ਜਾਂ ਫਿਰ ਲਿਕੁਇਡ ਫਾਰਮ 'ਚ ਜਾਂ ਤਰਲ ਫਾਰਮ 'ਚ ਲੈਂਦੇ ਹਾਂ ਤਾਂ ਉਹ ਠੀਕ ਰਹਿੰਦੀ ਹੈ ਜੀ। ਜਿਹੜੀ ਹੋਮਿਓਪੈਥੀ ਦੀ ਦਵਾਈ ਹੈ ਉਹ ਅਸਲ 'ਚ ਸਾਡੇ ਖੂਨ 'ਚ ਜਾ ਕੇ ਕਿਸੇ ਢੰਗ ਦੇ ਨਾਲ ਕੋਈ ਤਬਦੀਲੀ ਨਹੀਂ ਲਿਆਉਂਦੀ, ਜਦੋਂ ਅਸੀਂ ਇਹਨੂੰ ਜੀਭ 'ਤੇ ਪਾਉਂਦੇ ਹਾਂ, ਜੀਭ 'ਤੇ ਰੱਖ ਕੇ ਗੋਲੀਆਂ ਨੂੰ ਜਦੋਂ ਅਸੀਂ ਚੂਸਦੇ ਹਾਂ ਤਾਂ ਜੀਭ ਦੇ ਵਿੱਚ ਮੌਜੂਦ ਜਿਹੜੀਆਂ ਨਰਵਸ ਹੁੰਦੀਆਂ ਨੇ ਦਿਮਾਗ ਦੀਆਂ ਨਾੜਾਂ, ਇਹ ਉਹਨਾਂ ਰਾਹੀਂ ਸਰੀਰ ਦਾ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਸਟਿਮੂਲੇਟ ਉਤੇਜਿਤ ਕਰਦੀ ਹੈ, ਉਹ ਫਿਰ ਸਰੀਰ ਜਿਹੜਾ ਹੈ ਖੁਦ ਉਸ ਬਿਮਾਰੀ ਦੇ ਖਿਲਾਫ ਆਪਣੇ ਆਪ ਜਿਹੜਾ ਜ਼ੋਰ ਲਗਾਉਣਾ ਸ਼ੁਰੂ ਕਰਦਾ ਹੈ। ਇਹਦਾ ਮਤਲਬ ਕਿ ਹੋਮਿਓਪੈਥੀ ਦੀ ਜਿਹੜੀ ਦਵਾਈ ਹੈ ਉਸਨੂੰ ਪੇਟ 'ਚ ਜਾ ਕੇ ਅੱਗੋਂ ਜਜ਼ਬ ਹੋ ਕੇ ਖੂਨ ਰਾਹੀਂ ਕਿਸੇ ਹਿੱਸੇ 'ਚ ਪਹੁੰਚਣ ਦੀ ਨਹੀਂ ਜ਼ਰੂਰਤ ਹੁੰਦੀ, ਇਹ ਜੀਭ ਰਾਹੀਂ ਅਸਰ ਕਰਦੀ ਹੈ। ਜਦੋਂ ਅਸੀਂ ਗੋਲੀਆਂ ਦੀ ਫੋਰਮ ਦੇ ਵਿੱਚ ਇਹਨੂੰ ਲੈਂਦੇ ਹਾਂ ਤਾਂ ਗੋਲੀਆਂ ਨੂੰ ਕੁਛ ਟਾਈਮ ਲੱਗਦਾ ਅਸੀਂ ਚੂਸਦੇ ਰਹਿੰਦੇ ਹਾਂ, ਔਰ ਜਿੰਨੀ ਦੇਰ ਤੱਕ ਉਹ ਗੋਲੀਆਂ ਜਿਹੜੀਆਂ ਸਾਡੀ ਜੀਭ 'ਤੇ ਰਹਿੰਦੀਆਂ ਨੇ ਉੰਨੀ ਦੇਰ ਤੱਕ ਉਹ ਉਹਨਾਂ ਜਿਹੜੀਆਂ ਨਰਵਸ ਨੇ ਜੀਭ ਦੇ ਵਿੱਚ ਦਿਮਾਗ ਵਾਲੀਆਂ ਨਾੜਾਂ ਨੇ ਉਹਨਾਂ ਨੂੰ ਸਟਿਮੂਲੇਟ ਕਰਦੀ ਰਹਿੰਦੀ ਹੈ ਅਤੇ ਸਾਡੇ ਸਰੀਰ ਦੇ ਵਿੱਚ ਕਿਉਰੇਟਿਵ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਸੋ ਤਰਲ ਦੇ ਰੂਪ ਵਿੱਚ ਲੈਣ ਨਾਲੋਂ ਗੋਲੀਆਂ ਦੇ ਰੂਪ ਦੇ ਵਿੱਚ ਜਿਹੜੀ ਹੋਮਿਓਪੈਥੀ ਲਈ ਜਾਵੇ ਤਾਂ ਉਹ ਜ਼ਿਆਦਾ ਅਸਰਦਾਰ ਸਾਬਤ ਹੁੰਦੀ ਹੈ, ਪਰ ਇੱਕ ਹੈ ਕਿ ਇੱਕ ਹੋਮਿਓਪੈਥੀ ਦੀ ਜ਼ੀਰੋ ਪੋਟੈਂਸੀ ਜਾਂ ਮਦਰ ਟਿੰਕਚਰ ਜਿਹਨੂੰ ਕਹਿੰਦੇ ਆ ਉਹ ਗੋਲੀਆਂ ਦੇ ਰੂਪ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ, ਉਸਨੂੰ ਅਸੀਂ ਲਿਕੁਇਡ ਫਾਰਮ ਦੇ ਵਿੱਚ ਹੀ ਦੇਣਾ ਪੈਂਦਾ ਹੈ। ਅੱਛਾ ਇਸ ਤੋਂ ਅਗਲਾ ਹੈ ਜੀ ਵੀ ਆਮ ਜਿਵੇਂ ਵੱਖ ਵੱਖ ਟ੍ਰੇਡਮਾਰਕ ਹੁੰਦੇ ਕੰਪਨੀਆਂ ਦੇ, ਇਹਦੇ ਵਿੱਚ ਵੀ ਕਿਹਾ ਜਾਂਦਾ ਕਿ ਜਿਹੜੀ ਜਰਮਨ ਦੀ ਦਵਾਈ ਵਰਤੋ ਜੀ ਤੁਸੀਂ ਇੰਡੀਆ ਵਾਲੀ ਨਾ ਵਰਤੋ ਜੀ, ਆਮ ਜਿਹੜੇ ਆਉਂਦੇ ਤੁਹਾਡੇ ਕੋਲ ਇਹ ਕਹਿੰਦੇ ਜੀ ਜਰਮਨ ਦੀ ਦਵਾਈ ਦਿਓ ਜੀ, ਕੀ ਹੁਣ ਜਰਮਨ ਦਵਾਈ ਜਾਂ ਇੰਡੀਅਨ ਦਵਾਈ ਜਾਂ ਕਿਸੇ ਹੋਰ ਮੁਲਕ ਦੀ ਦਵਾਈ
ਉਹਨਾਂ ਦੇ ਵਿੱਚ ਵੀ ਫਰਕ ਹੈ? ਅਸਲ 'ਚ ਇਹ ਵੀ ਇੱਕ ਤਰ੍ਹਾਂ ਦੇ ਨਾਲ ਕੋਈ ਧਾਰਨਾ ਕਈ ਲੋਕਾਂ 'ਚ ਬਣ ਜਾਂਦੀ ਹੈ ਕਿ ਸ਼ਾਇਦ ਸਾਡੇ ਮੁਲਕ ਦੀ ਬਣੀ ਹੋਈ ਚੀਜ਼ ਜਿਹੜੀ ਹੈ ਉਹ ਠੀਕ ਨਹੀਂ ਹੈ, ਬਾਹਰੋਂ ਕੋਈ ਆਈ ਹੋਈ ਚੀਜ਼ ਜਿਹੜੀ ਹੈ ਉਹ ਜ਼ਿਆਦਾ ਵਧੀਆ ਹੋ ਸਕਦੀ ਹੈ। ਹੋਮਿਓਪੈਥੀ ਦਵਾਈਆਂ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀ ਧਾਰਨਾ ਬਣ ਗਈ ਹੈ, ਹਾਲਾਂਕਿ ਕਿਉਂਕਿ ਹੋਮਿਓਪੈਥੀ ਦੀ ਸ਼ੁਰੂਆਤ ਜਿਹੜੀ ਹੈ ਉਹ ਜਰਮਨ 'ਚ ਹੋਈ ਸੀ, ਨੋ ਡਾਊਟ ਜਰਮਨ ਦੀਆਂ ਕੰਪਨੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਹਿੰਦੁਸਤਾਨ ਦੇ ਵਿੱਚ ਦਵਾਈਆਂ ਸਪਲਾਈ ਕਰਦੀਆਂ ਨੇ, ਤੇ ਇੱਕ ਆਮ ਧਾਰਨਾ ਬਣ ਜਾਂਦੀ ਹੈ ਕਿ ਵੀ ਇਹ ਬਾਹਰੋਂ ਆਈ ਹੈ ਦਵਾਈ ਸ਼ਾਇਦ ਜ਼ਿਆਦਾ ਵਧੀਆ ਹੋਏਗੀ, ਪਰ ਇਹ ਨਹੀਂ ਹੈ। ਭਾਰਤ ਦੇ ਵਿੱਚ ਵੀ ਇਸ ਮੌਕੇ ਤੇ ਬਹੁਤ ਸਾਰੀਆਂ ਬਹੁਤ ਰਿਪਿਊਟਿਡ ਕੰਪਨੀਆਂ ਨੇ ਜਿਹੜੀਆਂ ਦਵਾਈਆਂ ਬਹੁਤ ਹੀ ਪਾਏਦਾਰ ਦਵਾਈਆਂ ਜਿਹੜੀਆਂ ਬਣਾਉਂਦੇ ਨੇ, ਬਹੁਤ ਉੱਚ ਦਰਜੇ ਦੀਆਂ ਮਿਆਰੀ ਦਵਾਈਆਂ ਜਿਹੜੀਆਂ ਬਣਾਉਂਦੇ ਨੇ ਔਰ ਪੂਰੇ ਵਿਸ਼ਵ ਨੂੰ ਸਪਲਾਈ ਕਰਦੇ ਨੇ। ਤੋ ਇਸ ਦੇ ਵਿੱਚ ਵੀ ਕੋਈ ਇਹ ਨਹੀਂ ਹੈ ਕਿ ਅਗਰ ਅਸੀਂ ਜਰਮਨ ਦੀ ਦਵਾਈ ਲਵਾਂਗੇ ਤੇ ਉਹ ਜਲਦੀ ਠੀਕ ਕਰੇਗੀ ਜਾਂ ਜ਼ਿਆਦਾ ਅਸਰ ਕਰੇਗੀ। ਭਾਰਤ ਦੇ ਵਿੱਚ ਵੀ ਬਣੀਆਂ ਹੋਈਆਂ ਦਵਾਈਆਂ ਜਿਹੜੀਆਂ ਨੇ ਬਹੁਤ ਮਿਆਰੀ ਨੇ, ਮਿਆਰੀ ਕਿਸਮ ਦੀਆਂ ਨੇ। ਡਿਪੈਂਡ ਕਰਦਾ ਹੈ ਕਿ ਕੋਈ ਕੰਪਨੀ ਉਹ ਕਿਸੇ ਵੀ ਅਸੀਂ ਖੇਤਰ ਦੇ ਵਿੱਚ ਕਹਿ ਸਕਦੇ ਹਾਂ ਕਿ ਕਿਸੇ ਕੰਪਨੀ ਦਾ ਪ੍ਰੋਡਕਟ ਕੋਈ ਘੱਟ ਮਿਆਰੀ ਵੀ ਹੋ ਸਕਦਾ, ਕਿਸੇ ਦਾ ਵਧੀਆ ਵੀ ਹੋ ਸਕਦਾ ਹੈ, ਪਰ ਇਹ ਨਹੀਂ ਹੈ ਕਿ ਅਸੀਂ ਜਰਮਨ ਜਾਂ ਭਾਰਤ ਦੀਆਂ ਜਿਹੜੀਆਂ ਦਵਾਈਆਂ ਬਣੀਆਂ ਆ ਉਹਨਾਂ ਦੇ ਵਿੱਚ ਨਹੀਂ ਅਸੀਂ ਕੋਈ ਫਰਕ ਕਹਿ ਸਕਦੇ ਕਿ ਵੀ ਜਰਮਨ ਦੀਆਂ ਬਿਹਤਰ ਨੇ, ਭਾਰਤ ਦੀਆਂ ਠੀਕ ਨਹੀਂ। ਅੱਛਾ ਡਾਕਟਰ ਸਾਹਿਬ, ਹੁਣ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਜਿਵੇਂ ਬਿਮਾਰੀਆਂ ਤੇ ਬਹੁਤ ਸਾਰੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਵਾ ਜਿਹੜੀਆਂ ਅਸੀਂ ਹੋਮਿਓਪੈਥੀ ਰਾਹੀਂ ਉਹਨਾਂ ਦਾ ਇਲਾਜ ਛੇਤੀ ਤੇ ਬੜੇ ਵਧੀਆ ਢੰਗ ਨਾਲ ਕਰ ਸਕਦੇ? ਜੀ, ਇਹਦੇ ਵਿੱਚ ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ ਜਿਹਨਾਂ ਦਾ ਹੋਮਿਓਪੈਥੀ ਦੇ ਵਿੱਚ ਵਧੀਆ ਢੰਗ ਨਾਲ ਇਲਾਜ ਹੋ ਸਕਦਾ ਹੈ, ਉਸ ਤੋਂ ਪਹਿਲਾਂ ਅਸੀਂ ਇਹ ਜਾਣੀਏ ਕਿ ਹੋਮਿਓਪੈਥੀ ਕਿਸ ਢੰਗ ਨਾਲ ਕਿਸੇ ਮਰੀਜ਼ ਦਾ ਇਲਾਜ ਕਰਦੀ ਹੈ। ਇੱਕ ਤਾਂ ਇਹ ਕਿ ਹੋਮਿਓਪੈਥੀ ਦਾ ਜਿਹੜਾ ਸਿਧਾਂਤ ਹੈ ਉਹ ਸਮਝਦੀ ਹੈ ਕਿ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਮੁੱਖ ਰੂਪ ਦੇ ਵਿੱਚ ਤਿੰਨ ਕਾਰਨ ਹੁੰਦੇ ਨੇ, ਜਿਵੇਂ ਆਯੁਰਵੈਦ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਵਾਤ ਪਿੱਤ ਕਫ ਜਿਹੜਾ ਹੈ ਉਹਨਾਂ 'ਚ ਕਿਸੇ ਢੰਗ ਨਾਲ ਵਿਗਾੜ ਆਉਂਦਾ ਹੈ ਤਾਂ ਕੋਈ ਬਿਮਾਰੀ ਜਿਹੜੀ ਸਰੀਰ 'ਚ ਪੈਦਾ ਹੁੰਦੀ ਹੈ। ਹੋਮਿਓਪੈਥੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਤਿੰਨ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਅੱਗੋਂ ਉਸ ਮਰੀਜ਼ ਦੇ ਵਿੱਚ ਉਸ ਵਿਅਕਤੀ ਦੇ ਵਿੱਚ ਕਿਹੜੀ ਬਿਮਾਰੀ ਆ ਸਕਦੀ ਹੈ ਜਾਂ ਕਿਹੜੀ ਆਈ ਹੈ। ਉਹ ਨੇ ਸੋਰਾ ਸਿਫਲਿਸ ਸਾਈਕੋਸਿਸ, ਜਿਹੜਾ ਡਾਕਟਰ ਹੈ ਉਹ ਸਭ ਤੋਂ ਪਹਿਲਾਂ ਤਾਂ ਉਸ ਮਰੀਜ਼ ਦੇ ਜਿਹੜੇ ਰੋਗ ਨੇ ਉਹਦੇ ਲੱਛਣ ਨੇ ਉਹਨਾਂ ਤੋਂ ਇਹ ਪਹਿਚਾਣ ਕਰਦਾ ਹੈ ਕਿ ਇਹਨਾਂ ਦੀ ਜੜ ਇਹ ਤਿੰਨ ਜਿਹੜੇ ਕਾਰਨ ਨੇ ਸੋਰਾ ਸਿਫਲਿਸ ਸਾਈਕੋਸਿਸ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਜੁੜਦੇ ਨੇ। ਦੂਸਰੀ ਗੱਲ ਇਹ ਕਿ ਵੀ ਹੋਮਿਓਪੈਥੀ ਦੀ ਦਵਾਈ ਜਿਹੜੀ ਹੈ ਉਹ ਲੱਛਣਾਂ 'ਤੇ ਆਧਾਰਿਤ ਦਿੱਤੀ ਜਾਂਦੀ ਹੈ, ਕਿਸੇ ਵਿਅਕਤੀ ਦੇ ਵਿੱਚ ਕਿਸੇ ਤਰ੍ਹਾਂ ਦੇ ਲੱਛਣ ਨੇ ਔਰ ਉਸਨੂੰ ਫਿਰ ਕਿਸੇ ਦਵਾਈ ਦੇ ਲੱਛਣਾਂ ਦੇ ਨਾਲ ਮਿਲਾਇਆ ਜਾਂਦਾ ਹੈ, ਮੈਚ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਦਿੱਤੀ ਜਾਂਦੀ ਹੈ। ਔਰ ਉਹ ਵੀ ਸਿਰਫ ਅਸੀਂ ਲੱਛਣ ਨਹੀਂ ਮਿਲਾਉਣੇ ਹੁੰਦੇ, ਲੱਛਣ ਬਿਮਾਰੀ ਦੇ ਵੀ ਹੁੰਦੇ ਨੇ, ਇੱਕ ਲੱਛਣ ਮਰੀਜ਼ ਦੇ ਹੁੰਦੇ ਨੇ। ਜੀ, ਇੱਕ ਤੁਹਾਨੂੰ ਮੰਨ ਲਓ ਕਿ ਡਾਇਬਟੀਜ਼ ਦੀ ਜਾਂ ਸ਼ੂਗਰ ਦੀ ਪ੍ਰੋਬਲਮ ਆ ਜਾਂਦੀ ਹੈ, ਮੈਨੂੰ ਵੀ ਹੈ, ਸਾਡੇ ਬਿਮਾਰੀ ਦੇ ਲੱਛਣ ਇੱਕੋ ਜਿਹੇ ਹੋਣਗੇ, ਤੁਹਾਨੂੰ ਪਿਆਸ ਜ਼ਿਆਦਾ ਲੱਗੇਗੀ, ਮੈਨੂੰ ਜ਼ਿਆਦਾ ਲੱਗੇਗੀ, ਭੁੱਖ ਜ਼ਿਆਦਾ ਲੱਗੇਗੀ, ਪਿਸ਼ਾਬ ਜ਼ਿਆਦਾ ਆਏਗਾ, ਵਾਰ ਵਾਰ ਆਏਗਾ। ਪਰ ਇਸ ਤੋਂ ਇਲਾਵਾ ਕੁਛ ਲੱਛਣ ਇਹੋ ਜਿਹੇ ਹੋਣਗੇ ਜਿਹੜੇ ਹੋਮਿਓਪੈਥੀ ਦੇ ਵਿੱਚ ਇਲਾਜ ਲਈ ਤੁਹਾਨੂੰ ਮੇਰੇ ਨਾਲੋਂ ਵੱਖਰਾ ਕਰਨਗੇ। ਹੋ ਸਕਦਾ ਤੁਹਾਨੂੰ ਗਰਮੀ ਚੰਗੀ ਲੱਗਦੀ ਹੋਵੇ, ਮੈਨੂੰ ਠੰਡ ਚੰਗੀ ਲੱਗਦੀ ਹੋਵੇ, ਹੋ ਸਕਦਾ ਭੋਜਨ ਖਾਣ ਲੱਗਿਆਂ ਤੁਸੀਂ ਫਟਾਫਟ ਭੋਜਨ ਖਾਂਦੇ ਹੋ, ਮੈਂ ਹੌਲੀ ਹੌਲੀ ਖਾਂਦਾ ਹੋਵਾਂ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੀ ਦਵਾਈ ਅਤੇ ਮੇਰੀ ਦਵਾਈ ਦੇ ਵਿੱਚ ਫਰਕ ਪਾ ਦੇਣਗੀਆਂ। ਤੋ ਇੱਕ ਤਾਂ ਇਹ ਹੈ ਕਿ ਵੀ ਹਰੇਕ ਮਰੀਜ਼ ਜਦੋਂ ਆਉਂਦਾ ਹੈ ਹੋਮਿਓਪੈਥਿਕ ਡਾਕਟਰ ਦੇ ਕੋਲ ਉਹ ਇਸੇ ਕਰਕੇ ਬਹੁਤ ਲੰਬੇ ਚੌੜੇ ਉਹਦੇ ਕੋਲ ਸਵਾਲ ਪੁੱਛਦਾ ਹੈ, ਪੜਚੋਲ ਕਰਦਾ ਹੈ, ਤਾਂ ਕਿ ਉਸ ਮਰੀਜ਼ ਦੇ ਵਾਸਤੇ ਵਿਸ਼ੇਸ਼ ਦਵਾਈ ਜਿਹੜੀ ਹੈ ਉਹ ਉਹਦੇ ਲਈ ਬਣਦੀ ਜਿਹੜੀ ਦਵਾਈ ਉਹ ਚੁਣੀ ਜਾ ਸਕੇ। ਮਰੀਜ਼ ਦੀ ਇੱਕ ਹਿਸਟਰੀ ਮਤਲਬ ਇੱਕ ਪੂਰੀ ਹਿਸਟਰੀ ਜਿਹੜੀ ਉਹ ਲੈਣੀ ਪੈਂਦੀ ਹੈ, ਉਹਦੀ ਫੈਮਿਲੀ ਹਿਸਟਰੀ, ਉਹਦੀ ਪਾਸਟ ਹਿਸਟਰੀ, ਇਹ ਸਾਰਾ ਕੁਝ ਲੈ ਕੇ ਇਹ ਚੁਣਿਆ ਜਾਂਦਾ ਹੈ। ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਇਹਦੇ ਵਿੱਚ ਸੰਭਵ ਹੈ, ਸੰਭਵ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਅਸੀਂ ਕਹਿ ਸਕਦੇ ਹਾਂ ਕਿ ਮਰੀਜ਼ ਜਿਹੜੇ ਠੀਕ ਹੋ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਹਰੇਕ ਵੀ ਕਿਸੇ ਵੀ ਸਿਸਟਮ ਦੀ ਕੋਈ ਨਾ ਕੋਈ ਲਿਮਿਟ ਹੁੰਦੀ ਹੈ, ਲਿਮਿਟੇਸ਼ਨ ਹੁੰਦੀ ਹੈ, ਜਿੰਨਾ ਕਿਹੜੀ ਬਿਮਾਰੀ, ਕੋਈ ਬਿਮਾਰੀ ਦੀ ਮਿਆਦ ਕਿੱਥੋਂ ਤੱਕ ਪਹੁੰਚ ਚੁੱਕੀ ਹੈ, ਕੋਈ ਬਿਮਾਰੀ ਕਿੰਨੀ ਗੰਭੀਰ ਰੂਪ ਦੇ ਵਿੱਚ ਜਾ ਚੁੱਕੀ ਹੈ, ਹਾਂ ਜਾ ਚੁੱਕੀ ਹੈ, ਔਰ ਉਸ ਵੇਲੇ ਮਰੀਜ਼ ਦੀ ਅਸਲ 'ਚ ਆਪਣੀ ਹਾਲਤ ਕਿਹੋ ਜਿਹੀ ਹੈ, ਇਹ ਸਾਰੀਆਂ ਚੀਜ਼ਾਂ ਨਿਰਧਾਰਿਤ ਕਰਦੀਆਂ ਨੇ ਕਿ ਕੋਈ ਬਿਮਾਰੀ ਕਿੰਨਾ ਕੁ ਠੀਕ ਹੋ ਸਕਦੀ ਹੈ। ਵੈਸੇ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਹੋਮਿਓਪੈਥੀ ਦੇ ਵਿੱਚ ਇਲਾਜ ਦੀਆਂ ਸੰਭਾਵਨਾਵਾਂ ਨੇ। ਜੀ, ਤੇ ਦੂਸਰੀ ਗੱਲ ਆ ਵੀ ਜਿਵੇਂ ਕੁਛ ਸਰਜੀਕਲ ਦਾ ਗੱਲ ਆ ਜਾਂਦੀ ਆ, ਕਈਆਂ ਦੇ ਮਤਲਬ ਅੱਖਾਂ 'ਚ ਪੱਥਰੀ ਬਹੁਤ ਬਣਦੀ ਆ ਜੀ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਆਪਰੇਸ਼ਨ ਨਾਲ ਸੋਜੀਆਂ ਜਿਵੇਂ ਹੋ ਜਾਂਦੀਆਂ, ਤੇ ਉਹਨਾਂ ਦਾ ਇਲਾਜ ਫਿਰ ਕਿਸ ਤਰ੍ਹਾਂ ਇਹਦੇ ਵਿੱਚ ਸੰਭਵ ਹੋ ਸਕਦਾ? ਹਾਲਾਂਕਿ ਜਿਹੜੀਆਂ ਜਿੱਦਾਂ ਤੁਸੀਂ ਕੁਛ ਤਕਲੀਫਾਂ ਗਣਾਈਆਂ ਨੇ, ਪੱਥਰੀ ਹੈ, ਰਸੌਲੀਆਂ ਹੋ ਗਈਆਂ, ਈਵਨ
ਕਈ ਤਰ੍ਹਾਂ ਦੇ ਕੈਂਸਰ ਉਹ ਵੀ ਰਸੌਲੀਆਂ ਦੇ ਵਿੱਚ ਹੀ ਆ ਜਾਂਦੇ ਨੇ। ਆਮ ਕਰਕੇ ਜਿਹੜੇ ਸਾਡੇ ਟ੍ਰੈਡੀਸ਼ਨਲ ਮੈਥਡ ਨੇ ਐਲੋਪੈਥੀ ਆ, ਉਹਦੇ ਵਿੱਚ ਇਹਨਾਂ ਦਾ ਇਲਾਜ ਜਿਹੜਾ ਹੈ ਉਹ ਸਰਜਰੀ ਦਾ ਹੈ, ਆਪਰੇਸ਼ਨ ਕਰ ਦੇਣਾ ਤੇ ਉਹਨੂੰ ਕੱਢ ਦੇਣਾ ਅੰਦਰੋਂ ਤਾਂ ਠੀਕ ਹੋ ਜਾਣਾ। ਪਰ ਹੋਮਿਓਪੈਥੀ ਇਹ ਸਮਝਦੀ ਹੈ ਕਿ ਵੀ ਇਹ ਜਿਹੜੀ ਚੀਜ਼ ਕੋਈ ਰਸੌਲੀ ਬਣੀ ਹੈ ਕਿਸੇ ਬੋਡੀ ਦੇ ਵਿੱਚ, ਕਿਸੇ ਮਰੀਜ਼ ਦੇ ਵਿੱਚ, ਜਾਂ ਕੋਈ ਜਾਂ ਪੱਥਰੀ ਬਣੀ ਹੈ, ਉਹਦਾ ਕਾਰਨ ਕੀ ਹੈ, ਉਹ ਤਾਂ ਇੱਕ ਐਂਡ ਰਿਜ਼ਲਟ ਆ ਉਸ ਬਿਮਾਰੀ ਦਾ। ਉਹਦੇ ਤੋਂ ਪਹਿਲਾਂ ਬੋਡੀ ਦੇ ਵਿੱਚ ਕੋਈ ਇਹੋ ਜਿਹੀਆਂ ਤਬਦੀਲੀਆਂ ਆਈਆਂ ਹੁੰਦੀਆਂ ਨੇ, ਵਿਗਾੜ ਪੈਦਾ ਹੋਏ ਹੁੰਦੇ ਨੇ, ਜਿਹਨਾਂ ਤੋਂ ਬਾਅਦ ਉਹ ਲੱਛਣ ਪੈਦਾ ਹੋਏ ਨੇ, ਉਹ ਜਿਹੜੇ ਸਾਈਨ ਸਿਮਟਮ ਜਿਹੜੇ ਨੇ ਉਹ ਪੈਦਾ ਹੋਏ ਨੇ, ਅਗਰ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਇਹਦਾ ਮਤਲਬ ਕਿ ਅਸੀਂ ਅੰਦਰ ਜਿਹੜੀ ਇੱਕ ਆਈ ਹੋਈ ਤਬਦੀਲੀ ਹੈ ਸਰੀਰ ਦੇ ਵਿੱਚ ਜਿਹਦਾ ਕਰਕੇ ਉਹਦੇ 'ਚ ਪੱਥਰੀ ਬਣੀ ਜਾਂ ਰਸੌਲੀ ਬਣੀ ਉਹਨੂੰ ਖਤਮ ਕਰ ਦਿੱਤਾ ਹੈ, ਪਰ ਉਹ ਅਸੀਂ ਤਬਦੀਲੀ ਜਿਹੜੀ ਉਹਨੂੰ ਠੀਕ ਨਹੀਂ ਕਰ ਸਕੇ। ਹੋਮਿਓਪੈਥੀ ਉਸ ਤਬਦੀਲੀ ਨੂੰ ਠੀਕ ਕਰਨ ਵਾਲੇ ਮਤਲਬ ਬਿਲਕੁਲ, ਔਰ ਹੋਮਿਓਪੈਥੀ ਕੋਸ਼ਿਸ਼ ਕਰਦੀ ਹੈ ਕਿ ਜਿਹੜੀ ਬਿਮਾਰੀ ਦੇ ਲੱਛਣ ਆਏ ਨੇ ਉਸ ਤੋਂ ਪਹਿਲਾਂ ਜਿਹੜੀ ਬਿਮਾਰੀ ਸੀ ਸਰੀਰ ਚ ਉਹਨੂੰ ਖਤਮ ਕਰ ਦਿਓ, ਜਿੱਦਾਂ ਜੜ ਖਤਮ ਕਰ ਦਿਓ ਤਾਂ ਉੱਪਰਲੇ ਟਹਿਣ ਜਿਹੜੇ ਨੇ ਟਾਹਣੀਆਂ ਜਿਹੜੀਆਂ ਨੇ ਖਤਮ ਹੋ ਜਾਣਗੀਆਂ, ਸੁੱਕ ਜਾਣਗੀਆਂ। ਸਰਜੀਕਲ ਬਿਮਾਰੀਆਂ ਦੇ ਵਿੱਚ ਇੱਕ ਲਿਮਿਟ ਤਾਂ ਜ਼ਰੂਰ ਹੈ ਕਿ ਵੀ ਪ੍ਰੋਬਲਮ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਹੋਵੇ, ਉਹਦੇ ਵਿੱਚ ਹੋਮਿਓਪੈਥੀ ਕਈ ਵਾਰ ਨਹੀਂ ਵੀ ਅਸਰ ਕਰਦੀ, ਪਰ ਬਹੁਤ ਹੱਦ ਤੱਕ ਅਗਰ ਠੀਕ ਟਾਈਮ ਦੇ ਉੱਤੇ ਕੋਈ ਵੀ ਮਰੀਜ਼ ਜਿਹੜਾ ਹੈ ਉਹ ਹੋਮਿਓਪੈਥੀ ਇਲਾਜ ਸ਼ੁਰੂ ਕਰਦਾ ਹੈ ਤਾਂ ਉਹਦੇ ਵਿੱਚ ਬੜੀ ਸੰਭਾਵਨਾ ਹੁੰਦੀ ਹੈ ਕਿ ਉਹ ਇਲਾਜ ਜਿਹੜਾ ਹੈ ਉਹ ਮੁਕੰਮਲ ਹੋ ਸਕਦਾ ਹੈ ਜੀ। ਅਤੇ ਡਾਕਟਰ ਸਾਹਿਬ ਅਗਲਾ ਹੁਣ ਸਵਾਲ ਆ ਵੀ ਜਿਵੇਂ ਅੱਜ ਕੱਲ੍ਹ ਹਰ ਬੰਦਾ ਇਹੋ ਜਿਹੀ ਇੱਕ ਬਿਮਾਰੀ ਹੈ ਜਿਹਦਾ ਨਾਂ ਲੈਣ ਤੋਂ ਵੀ ਹਰ ਬੰਦਾ ਡਰਦਾ, ਜਿਹਦੇ ਵਿੱਚ ਕੈਂਸਰ। ਬਿਲਕੁਲ, ਤੇ ਕੈਂਸਰ ਹੁਣ ਇਕੱਲੇ ਕਿਸੇ ਇੱਕ ਮੁਲਕ ਦੀ ਜਾਂ ਇੱਕ ਖਿੱਤੇ ਦੀ ਨਹੀਂ ਰਿਹਾ, ਤਕਰੀਬਨ ਇਹ ਕਾਫੀ ਫੈਲ ਚੁੱਕਾ, ਤੇ ਉਦੋਂ ਹੀ ਪਤਾ ਲੱਗਦਾ ਕਿ ਜਦੋਂ ਬੰਦੇ ਦੀ ਉਹ ਅਗਲੇ ਕਹਿੰਦੇ ਨੇ ਜੀ ਤੀਜੀ ਜਾਂ ਲਾਸਟ ਸਟੇਜ ਆ ਜੀ। ਕੀ ਇਹਦੇ ਵਿੱਚ ਕੈਂਸਰ ਦਾ ਇਲਾਜ ਸੰਭਵ ਆ, ਤੇ ਕਿੰਨਾ ਕੁ ਲੰਬਾ ਉਹ ਮਰੀਜ਼ ਉਹਦਾ ਕਿੰਨਾ ਕੁ ਸਮਾਂ ਲੱਗੂਗਾ, ਤੇ ਕੀ ਉਹ ਬਿਲਕੁਲ ਠੀਕ ਹੋ ਜੂ? ਕੈਂਸਰ ਦੀਆਂ ਵੀ ਬਹੁਤ ਸਾਰੀਆਂ ਸੋਤਾ ਸਭ ਕਿਸਮਾਂ ਹੁੰਦੀਆਂ ਨੇ ਜੀ। ਆਪਾਂ ਸਿੰਪਲ ਇੱਕ ਛੋਟੀ ਜਿਹੀ ਕਿਸੇ ਦੇ ਗਿਲਟੀ ਜੀ ਹੋ ਗਈ, ਉਹ ਤੋਂ ਲੈ ਕੇ ਬਲੱਡ ਕੈਂਸਰ ਤੱਕ ਇਹ ਸਾਰੇ ਕੈਂਸਰ ਦੇ ਹੀ ਰੂਪ ਨੇ ਜੀ। ਉਹਨਾਂ ਦੇ ਵਿੱਚ ਅੱਗੋਂ ਫਿਰ ਕੁਛ ਇਹੋ ਜਿਹੀਆਂ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਫੈਲਦੀਆਂ ਨਹੀਂ, ਬਹੁਤ ਹੌਲੀ ਹੌਲੀ ਗਰੋ ਕਰਦੀਆਂ ਨੇ, ਔਰ ਕੁਝ ਇਹੋ ਜਿਹੀਆਂ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਜਲਦੀ ਹੀ ਬੋਡੀ ਦੇ ਵਿੱਚ ਫੈਲ ਜਾਂਦੀਆਂ ਨੇ। ਪਹਿਲਾਂ ਤਾਂ ਇਹਨਾਂ ਦੇ ਵਿੱਚ ਫਰਕ ਕਰਨਾ ਪਏਗਾ ਕਿ ਵੀ ਉਹ ਕਿਸਮ ਕਿਹੜੀ ਹੈ, ਉਹਦੇ 'ਤੇ ਨਿਰਧਾਰਿਤ ਕਰੇਗਾ ਕਿ ਹੋਮਿਓਪੈਥੀ ਉਹਨੂੰ ਕਿਸ ਹੱਦ ਤੱਕ ਜਿਹੜਾ ਹੈ ਉਹ ਠੀਕ ਕਰ ਸਕਦੀ ਹੈ। ਦੂਸਰੀ ਗੱਲ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਦੇਖਿਆ ਜਾਏਗਾ ਉਸ ਸਰੀਰ ਦੇ ਵਿੱਚ ਕਿਉਂ ਇਹੋ ਜਿਹੀਆਂ ਤਬਦੀਲੀਆਂ ਆਈਆਂ ਉਸ ਸਰੀਰ ਦੇ ਵਿੱਚ ਕਿ ਇਹ ਜਿਹੜਾ ਕੈਂਸਰ ਵਰਗੇ ਲੱਛਣ ਜਿਹੜੇ ਪੈਦਾ ਹੋਣੇ ਸ਼ੁਰੂ ਹੋ ਗਏ, ਰਸੌਲੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਕੈਂਸਰ ਕੀ ਹੁੰਦਾ ਹੈ ਕਿ ਕਿਸੇ ਵੀ ਅੰਗ ਦੇ ਵਿੱਚ ਜਾਂ ਕਿਸੇ ਵੀ ਥਾਂ ਦੇ ਉੱਤੇ ਜਿਹੜੇ ਸਾਡੇ ਟਿਸ਼ੂ ਹੁੰਦੇ ਨੇ ਉਹਨਾਂ 'ਚ ਜਿਹੜੇ ਸੈੱਲ ਹੁੰਦੇ ਨੇ ਉਹ ਅਨਕੰਟਰੋਲਡ ਤਰੀਕੇ ਦੇ ਨਾਲ ਵਧਣੇ ਸ਼ੁਰੂ ਹੋ ਜਾਂਦੇ ਨੇ, ਜਿਹਦੇ ਨਾਲ ਉਹ ਰਸੌਲੀ ਬਣ ਗਈ, ਬਲੱਡ 'ਚ ਚਲੇ ਗਿਆ ਤਾਂ ਬਲੱਡ 'ਚ ਇੱਕਦਮ ਸੈੱਲ ਜਿਹੜੇ ਨੇ ਵਾਈਟ ਸੈੱਲ ਜਾਂ ਰੈੱਡ ਸੈੱਲ ਵਧਣੇ ਸ਼ੁਰੂ ਹੋ ਗਏ, ਕੈਂਸਰ ਦਾ ਰੂਪ ਲੈ ਲੈਂਦੇ ਨੇ। ਸੋ ਹੋਮਿਓਪੈਥੀ ਦੇ ਵਿੱਚ ਇਲਾਜ ਦੀ ਸੰਭਾਵਨਾ ਇਸ ਚੀਜ਼ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਉਸ ਮਰੀਜ਼ ਦੇ ਵਿੱਚ ਉਹਦੇ ਜਿਹੜੇ ਲੱਛਣ ਨੇ ਉਹਨਾਂ ਤੋਂ ਪਹਿਲਾਂ ਜਿਹੜੀ ਬਿਮਾਰੀ ਜਿਹੜੀ ਹੈ ਉਹਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਿੰਨਾ ਅਸੀਂ ਜੱਜ ਕਰ ਪਾਉਂਦੇ ਹਾਂ। ਕੋਈ ਵੀ ਡਾਕਟਰ ਅਗਰ ਉਸ ਚੀਜ਼ ਨੂੰ ਜੱਜ ਕਰ ਪਾਉਂਦਾ ਹੈ ਤਾਂ ਉਹਦਾ ਇਲਾਜ ਉਹਨਾਂ ਹੀ ਸੰਭਵ ਜ਼ਿਆਦਾ ਹੋ ਸਕਦਾ ਹੈ। ਚਲੋ, ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਦੱਸੀ ਕਿ ਕੈਂਸਰ ਦਾ ਵੀ ਇਲਾਜ ਇਹਦੇ ਵਿੱਚ ਸੰਭਵ ਹੈ, ਬਹੁਤ ਜ਼ਿਆਦਾ ਸੰਭਾਵਨਾਵਾਂ। ਔਰ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤਾਂ ਹੋਮਿਓਪੈਥੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਿਸਰਚ ਵੀ ਚੱਲ ਰਹੀ ਹੈ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਰਿਸਰਚ ਚੱਲ ਰਹੀ ਹੈ, ਕਿਉਂਕਿ ਬੜੇ ਭਿਆਨਕ ਰੂਪ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਸ ਪੈਥੀ ਵੱਲ ਨੂੰ ਮੋੜਾ ਕੱਟ ਰਹੇ ਨੇ, ਕਿਉਂਕਿ ਦੂਸਰੀਆਂ ਪੈਥੀਆਂ ਦਾ ਜਿੱਥੇ ਉਹ ਠੀਕ ਕਰਦੀਆਂ ਨਾਲ ਦੀ ਨਾਲ ਨੁਕਸਾਨ ਵੀ ਬਹੁਤ ਹੁੰਦਾ। ਨੁਕਸਾਨ ਤਾਂ ਕਈ ਵਾਰੀ ਇਹ ਵੀ ਕਹਿ ਲਿਆ ਜਾਂਦਾ ਹੈ ਕਿ ਵੀ ਸ਼ਾਇਦ ਹੋਮਿਓਪੈਥੀ ਦੇ ਬਾਰੇ ਵੀ ਇੱਕ ਧਾਰਨਾ ਹੈ ਕਿ ਵੀ ਚਲੋ ਜੇ ਇਹ ਅਸਰ ਨਹੀਂ ਕਰੂਗੇ ਤੇ ਤਾਂ ਨੁਕਸਾਨ ਵੀ ਨਹੀਂ ਹੋਏਗਾ, ਨੁਕਸਾਨ ਵੀ ਜੇ ਫਾਇਦਾ ਨਹੀਂ ਕਰੂਗਾ ਨੁਕਸਾਨ ਵੀ ਕੋਈ ਨਹੀਂ ਹੋਊਗਾ। ਪਰ ਇਹ ਗੱਲ ਮੈਂ ਇੱਕ ਕਲੀਅਰ ਕਰ ਦਵਾਂ ਸਾਰੇ ਆਪਣੇ ਦਰਸ਼ਕਾਂ ਨੂੰ ਕਿ ਵੀ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਅਸੀਂ ਜਦੋਂ ਲੈਂਦੇ ਹਾਂ ਅਗਰ ਉਹਦੇ 'ਚ ਸਮਰੱਥਾ ਹੈ ਸਰੀਰ ਨੂੰ ਠੀਕ ਕਰਨ ਦੀ ਤਾਂ ਅਗਰ ਅਨਨੈਸੈਸਰੀ ਉਸਨੂੰ ਲੈ ਲਾਂਗੇ। ਕਈ ਲੋਕ ਕੀ ਕਰਦੇ ਆ ਆਪੇ ਦੋ ਚਾਰ ਕਿਤਾਬਾਂ ਪੜ੍ਹੀਆਂ ਉਹਨੂੰ ਪੜ੍ਹ ਕੇ ਕੋਈ ਦਵਾਈ ਲੈ ਲਈ ਔਰ ਬੜੇ ਲੰਬੇ ਸਮੇਂ ਤੱਕ ਕੋਈ ਦਵਾਈ ਜਿਹੜੀ ਉਹ ਖਾਂਦੇ ਰਹਿੰਦੇ ਨੇ, ਸੋਚ ਲੈਂਦੇ ਕਿ ਸ਼ਾਇਦ ਇਹਦਾ ਕੋਈ ਨੁਕਸਾਨ ਨਹੀਂ ਹੈ। ਪਰ ਕੋਈ ਵੀ ਚੀਜ਼ ਜਿਹੜੀ ਹੈ ਅਗਰ ਸਰੀਰ ਕਿਸੇ ਬਿਮਾਰੀ ਨੂੰ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ ਤਾਂ ਉਸ ਵਿੱਚ ਵਿਗਾੜ ਵੀ ਪੈਦਾ ਕਰ ਸਕਦੀ ਹੈ, ਸਲਾਹ ਤੋਂ ਬਿਨਾਂ ਨਹੀਂ ਖਾਣੀ ਚਾਹੀਦੀ। ਬਿਲਕੁਲ, ਤੇ ਹੁਣ ਡਾਕਟਰ ਸਾਹਿਬ ਵੀ ਕਾਫੀ ਤੁਸੀਂ ਜਾਣਕਾਰੀ ਦਿੱਤੀ ਆ,
ਜਾਂਦੇ ਜਾਂਦੇ ਹੁਣ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਮੇਰਾ ਇਹੀ ਹੈ ਕਿ ਵੀ ਬਿਮਾਰੀ ਜਦੋਂ ਸਰੀਰ ਦੇ ਵਿੱਚ ਆਉਂਦੀ ਹੈ, ਠੀਕ ਹੈ, ਉਹਦਾ ਇਲਾਜ ਕਰਨਾ ਪੈਂਦਾ ਹੈ ਔਰ ਕਰਵਾਉਣਾ ਵੀ ਚਾਹੀਦਾ ਹੈ, ਪਰ ਉਸ ਤੋਂ ਪਹਿਲਾਂ ਉਹ ਬਿਮਾਰੀ ਜਿਹੜੀ ਹੈ ਉਹ ਨਾ ਆਵੇ, ਇਸ ਦੇ ਵਾਸਤੇ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣਾ ਲਾਈਫ ਸਟਾਈਲ ਜਿਹੜਾ ਹੈ ਉਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣਾ ਖਾਣ ਪਾਣ, ਰਹਿਣ ਸਹਿਣ, ਸਰੀਰ ਨੂੰ ਕਿਸ ਤਰ੍ਹਾਂ ਤੰਦਰੁਸਤ ਰੱਖਣਾ ਹੈ, ਇਸ ਦੇ ਵੱਲ ਜਿਹੜਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅਗਰ ਕੋਈ ਰੋਗ ਉਤਪੰਨ ਹੋ ਗਿਆ ਹੈ ਤਾਂ ਉਸ ਦੇ ਵਿੱਚ ਅਣਗਹਿਲੀ ਵਰਤਣ ਦੀ ਥਾਂ ਦੇ ਉੱਤੇ ਜਲਦ ਤੋਂ ਜਲਦ ਤੁਰੰਤ ਜਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ। ਕਿਸੇ ਵੀ ਡਾਕਟਰ ਦੇ ਕੋਲ ਜਾਓ, ਉਹ ਡਾਕਟਰ ਜਿਹੜਾ ਹੈ ਉਹ ਦੱਸੇਗਾ ਕਿ ਇਹਦਾ ਕੀ ਇਲਾਜ ਹੋ ਸਕਦਾ ਹੈ। ਅਗਰ ਤੁਹਾਨੂੰ ਲੱਗਦਾ ਕਿ ਅਸੀਂ ਇਹ ਇਲਾਜ ਨਹੀਂ ਕਰਵਾਉਣਾ ਤਾਂ ਤੁਸੀਂ ਕਿਸੇ ਦੂਸਰੇ ਪੈਥੀ ਵਾਲੇ ਜਾਂ ਦੂਸਰੀ ਪ੍ਰਣਾਲੀ ਵਾਲੇ ਕੋਲ ਜਾ ਸਕਦੇ ਹੋ, ਸਲਾਹ ਲੈ ਸਕਦੇ ਹੋ, ਜਿਹਦੇ ਵਿੱਚ ਵੀ ਤੁਹਾਨੂੰ ਲੱਗੇ ਕਿ ਬਿਹਤਰ ਇਲਾਜ ਜਿਹੜਾ ਹੈ ਉਹ ਹੋ ਸਕਦਾ ਹੈ ਤਾਂ ਉੱਥੋਂ ਕਰਵਾਇਆ ਜਾ ਸਕਦਾ ਹੈ। ਹੋਮਿਓਪੈਥੀ ਦੇ ਬਾਰੇ 'ਚ ਸਪੈਸ਼ਲੀ ਮੈਂ ਜ਼ਰੂਰ ਅਪੀਲ ਕਰਨੀ ਚਾਹਾਂਗਾ ਕਿ ਇੱਕ ਤਾਂ ਇਹ ਹੈ ਕਿ ਵੀ ਇਹ ਇੱਕ ਬਹੁਤ ਗਹਿਰੀ ਸਾਇੰਸ ਹੈ, ਵੱਡੀ ਸਾਇੰਸ ਹੈ, ਸਿਧਾਂਤਾਂ 'ਤੇ ਟਿੱਕੀ ਹੋਈ ਸਾਇੰਸ ਜਿਹੜੀ ਹੈ, ਔਰ ਇਸ ਨੂੰ ਅਸੀਂ ਇੱਕ ਜਾਂ ਦੋ ਕਿਤਾਬਾਂ ਪੜ੍ਹ ਕੇ ਜਾਂ 2 ਮਹੀਨੇ ਕਿਸੇ ਨੇ ਕੁਝ ਦਵਾਈਆਂ ਜਿਹੜੀਆਂ ਉਹਨਾਂ ਦੇ ਬਾਰੇ 'ਚ ਦੇਖ ਕੇ ਅਸੀਂ ਨਹੀਂ ਸਿੱਖ ਸਕਦੇ। ਹੋਮਿਓਪੈਥੀ ਕਹਿੰਦੇ ਹੁੰਦੇ ਨੇ ਕਿ ਇੱਕ ਵਕੀਲ ਵਾਂਗੂ ਹੁੰਦੀ ਹੈ, ਕੋਈ ਵੀ ਜਿਸ ਤਰ੍ਹਾਂ ਵਕੀਲ ਦੇ ਕੋਲ ਇੱਕ ਕੇਸ ਆਉਂਦਾ ਹੈ ਤਾਂ ਉਸਨੂੰ ਆਪਣੀਆਂ ਕਿਤਾਬਾਂ ਫੋਲਣੀਆਂ ਪੈਂਦੀਆਂ ਨੇ ਉਸ ਵਾਸਤੇ। ਕਿਹਾ ਜਾਂਦਾ ਵੀ ਹੋਮਿਓਪੈਥੀ ਨਹੀਂ ਫੇਲ ਹੋ ਸਕਦੀ, ਹੋਮਿਓਪੈਥੀ ਦੇ ਨਾਲ ਇਲਾਜ ਜਿਹੜਾ ਉਹ ਨਹੀਂ ਕਰ ਸਕਦੇ। ਤੇ ਇੱਕ ਜਿਹੜਾ ਇਹਦਾ ਹੈ ਕਿ ਵੀ ਚਲੋ ਜੇ ਫਾਇਦਾ ਨਹੀਂ ਕਰੂਗੀ ਨੁਕਸਾਨ ਵੀ ਨਹੀਂ ਕਰੂਗੀ, ਇਸ ਦੇ ਪ੍ਰਤੀ ਵੀ ਥੋੜਾ ਜਿਹਾ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਠੀਕ ਹੈ ਕਿ ਹੋਮਿਓਪੈਥੀ ਐਲੋਪੈਥੀ ਦੀ ਦਵਾਈ ਵਾਂਗੂ ਰਿਐਕਸ਼ਨ ਨਹੀਂ ਕਰਦੀ ਇੱਕਦਮ, ਪਰ ਇਹਦੇ ਜਿਹੜੇ ਦੁਰਪ੍ਰਭਾਵ ਹੁੰਦੇ ਨੇ ਉਹ ਹੌਲੀ ਹੌਲੀ ਨਜ਼ਰ ਆਉਣੇ ਸ਼ੁਰੂ ਹੁੰਦੇ ਨੇ ਸਰੀਰ ਦੇ ਵਿੱਚ। ਤੇ ਇਸ ਪ੍ਰਤੀ ਜ਼ਰੂਰ ਸੁਚੇਤ ਰਹਿਣਾ ਚਾਹੀਦਾ ਕਿ ਹੋਮਿਓਪੈਥੀ ਦੀ ਦਵਾਈ ਜਦੋਂ ਵੀ ਲੈਣੀ ਹੈ ਕਿਸੇ ਡਾਕਟਰ ਦੇ ਕੋਲੋਂ ਜ਼ਰੂਰ ਸਲਾਹ ਲੈ ਲਈ ਜਾਵੇ, ਬਜਾਏ ਇਸ ਦੇ ਕਿ ਖੁਦ ਹੀ ਅਸੀਂ ਕੈਮਿਸਟ ਕੋਲ ਜਾਈਏ, ਉਹਨਾਂ ਦੇ ਕੋਲੋਂ ਦਵਾਈ ਲਈਏ ਅਤੇ ਖਾ ਲਈਏ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਔਰ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਿਹੜੀ ਆ ਜਾਣਕਾਰੀ ਦਿੱਤੀ ਹੈ। ਪਿਆਰੇ ਦਰਸ਼ਕੋ, ਤੁਹਾਡਾ ਵੀ ਧੰਨਵਾਦ, ਇਸੇ ਤਰ੍ਹਾਂ ਸਾਡੇ ਟੀਵੀ ਨਾਲ ਜੁੜੇ ਰਹੋ। ਥੈਂਕ ਯੂ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸਤਿ ਸ਼੍ਰੀ ਅਕਾਲ ਜੀ।